मैं यादविंदर सिंह लाली, तुम देख रहे हो पंजाब 9 TV चैनल। जो सब का हर प्यारा बंदा जा रहा है सच्चियां खबरां ते हर एक दा दर्द पछाण वाला पंजाब 9 TV, तुम देखते रहो, शेयर करी जाओ। तो गुरद्वारा साहब ब्रह्म बुंगा दोदड़ा साहब वाले वालों सत्संग करवाए जा रहे हैं, नाम बाणी का अभ्यास करवाया जा रहा है। 11 तरीक तो 12 तरीक तक एक बाणी के प्रवाह चलणगे, ते सवेरे 5 बजे तो शुरू होणगे, ते गुरबाणी विचार चली जाऊगी सारा दिन। ते शाम नू 5 बजे 12 तरीक नू अमृत संचार होगा, ते अमृत अभिलाषी सारे अमृत छकण, ते गुरु वाले बन, ते बाणी दा राह लैण, ते दरबार विच पहुँच गए गुरु घर दीआं खुशियां प्राप्त करो। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਸਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜਿਹੜੇ ਪ੍ਰੋਗਰਾਮ ਚੱਲ ਰਹੇ ਨੇ ਬ੍ਰਹਮ ਬੁੰਗਾ ਦੋਦੜਾ, ਹਾਂਜੀ, ਇਹ ਕਹਿ ਦਿੰਦੇ ਪ੍ਰੋਗਰਾਮ ਨੇ ਜੀ, ਇਹ ਸਮਾਗਮ 2 ਦਿਨਾਂ ਦੇ ਨੇ ਜੀ। ਅੱਜ ਪਹਿਲੇ ਦਿਨ ਦਾ ਸਮਾਗਮ ਹੋਇਆ ਜੀ, ਅਤੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਅੱਜ ਦਾ ਸਮਾਗਮ ਜੋ 4 ਵਜੇ ਆਰੰਭ ਹੋਇਆ ਸੀਗਾ ਅਤੇ ਅੱਜ 10 ਵਜੇ ਸਾਰੀ ਸਮਾਪਤੀ ਹੋਈ ਹੈ ਅੱਜ ਦੇ ਸਮਾਗਮ ਦੀ, ਅਤੇ ਕੱਲ੍ਹ ਨੂੰ ਫਿਰ ਸਾਰਾ ਦਿਨ ਸਮਾਗਮ ਚੱਲਣਗੇ ਜੀ, ਸ਼ਾਮ ਨੂੰ 10 ਵਜੇ ਤੱਕ। ਅਤੇ ਕੱਲ੍ਹ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਸ਼ਾਮ ਨੂੰ 4 ਵਜੇ। ਜਿਹੜੇ ਵੀ ਅੰਮ੍ਰਿਤ ਅਭਿਲਾਖੀ ਪ੍ਰਾਣੀ ਨੇ ਅਤੇ ਪ੍ਰਬੰਧਕਾਂ ਨੂੰ ਆਪਣੇ ਨਾਮ ਦਰਜ ਕਰਵਾ ਸਕਦੇ ਨੇ, ਲਾਹੇ ਪ੍ਰਾਪਤ ਕਰਨ। ਨਾਮ ਅਭਿਆਸ ਅਤੇ ਕੀਰਤਨ ਸਮਾਗਮ ਜੋ ਕਿ ਸਲਾਨਾ ਸਮੂਹ ਸੁਨਾਮ ਦੀ ਸਾਰੀ ਸੰਗਤ ਵੱਲੋਂ ਰਲ ਮਿਲ ਕੇ ਬ੍ਰਹਮ ਮੁੰਗਾ ਦੋਦੜਾ ਦੀ ਸਮੂਹ ਸੰਗਤ ਜੋ ਕਿ ਦੇਸ਼ ਦੇ ਕੋਨੇ ਕੋਨੇ 'ਚੋਂ ਇੱਥੇ ਪਹੁੰਚਦੇ ਨੇ, ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਵੱਡੇ ਸਮਾਗਮ ਕਰਵਾਏ ਗਏ ਨੇ, ਅਤੇ ਸਾਰੀ ਸੰਗਤ ਦੂਰੋਂ ਦੂਰੋਂ ਪਹੁੰਚੀ ਹੈ, ਲਾਹੇ ਪ੍ਰਾਪਤ ਕਰ ਰਹੇ ਨੇ ਜੀ। ਅਤੇ ਕੱਲ੍ਹ ਦਾ ਦਿਨ ਹੋਰ ਰਹਿ ਗਿਆ ਹੈ 12 ਤਰੀਕ ਨੂੰ, ਅਤੇ ਸਾਰੀ ਸੰਗਤ ਪਹੁੰਚ ਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।